ਸਾਨੂੰ ਸਮਝਾਈ ਮੈਂ ਕਿਹਾ ਵੱਡੇ ਭਾਈ ਡਿਪਟੀ ਡੀਸੀਏ ਤੇ ਕੋਈ ਨਹੀਂ ਲੱਗਦਾ ਤੂੰ ਬੀਏ ਕਰੀਏ ਨਾ ਮੈਂ ਬੀਟੈਕ ਕਰੀਏ ਮੈਂ ਬੇਰੁਜ਼ਗਾਰ ਸੀ ਮੈਂ ਬਾਅਦ ਚੋਂ ਕੈਨੇਡਾ ਜਾ ਕੇ ਪੜ੍ਹਾਈ ਕੀਤੀ ਫਿਰ ਵੀ ਨੌਕਰੀ ਮਿਲੀ ਆਪਾਂ ਉਹਦਾ ਬਾਜਾ ਚੱਕ ਲਿਆ ਉਹਦਾ ਕੰਮ ਤੋੜ ਦਿਆ ਹੁਣ ਜੇ ਮੈਂ ਹੱਥੇ ਹੱਥ ਨਹੀਂ ਬੈਠਾ ਰਹਿੰਦਾ ਮੈਨੂੰ ਨੌਕਰੀ ਦੋ ਸਰਕਾਰ ਕਿਸੇ ਨੂੰ ਕੋਈ ਨੌਕਰੀ ਦਿੰਦੀ ਬੇਬੇ ਅੱਜ ਦੇਖੀ ਰਹਿ ਲਓ ਮੈਂ ਸੱਚ ਬੋਲਦਾ ਕਿਸੇ ਨੂੰ ਸੱਚ ਬੋਲਣ ਦੀ ਹਿੰਮਤ ਨਹੀਂ।